ਸਤਿ ਸ਼੍ਰੀ ਅਕਾਲ, ਸਲਾਮਾਂ ਅਲੈਕਮ, ਪ੍ਰਣਾਮ। ਆਪਾਂ ਅੱਜ ਗੱਲਬਾਤ ਕਰਾਂਗੇ 1947 ਦੀ, ਅਤੇ ਇਹ ਮੇਰੇ ਨਾਲ ਮੇਰੇ ਮਾਤਾ ਜੀ ਬੈਠੇ ਆ, ਅਤੇ ਇਹਨਾਂ ਨੂੰ ਪੁੱਛਦੇ ਹਾਂ ਵੀ ਇਹਨਾਂ ਨੂੰ ਉਸ ਵੇਲੇ ਦਾ ਕੀ ਯਾਦ ਆ, ਇਹਨਾਂ ਨਾਲ ਕਰਦੇ ਹਾਂ ਗੱਲਾਂ ਬਾਤਾਂ। ਅਤੇ ਜਦੋਂ 47 ਦੇ ਵਿੱਚ ਰੌਲੇ ਪਏ, ਜਾੜੇ ਪਏ ਆ, ਉਦੋਂ ਇਹਨਾਂ ਦੀ ਉਮਰ 19-20 ਸਾਲ ਦੀ ਸੀਗੀ, ਅਤੇ ਇਹਨਾਂ ਦਾ ਮਤਲਬ ਵਿਆਹ ਸ਼ਾਦੀ ਹੋ ਚੁੱਕਾ ਸੀਗਾ। ਅਤੇ ਇਹਨਾਂ ਦਾ ਜਿਹੜਾ ਪਿਛਲਾ ਪਿੰਡ ਆ, ਪਿੰਡ ਮੇਟਾਂ, ਪੇਕਾ ਪਿੰਡ, ਤਹਿਸੀਲ ਫਗਵਾੜਾ ਅਤੇ ਜ਼ਿਲ੍ਹਾ ਕਪੂਰਥਲਾ ਆ, ਬਿਲਕੁਲ ਇਹਨਾਂ ਦਾ ਜਿਹੜਾ ਬੰਨਾ ਆ, GT ਰੋਡ ਦੇ ਨਾਲ ਰੱਗ ਰਿਹਾ ਇਹਨਾਂ ਦੇ ਮਤਲਬ ਮੇਰੇ ਨਾਨਕੇ ਆ, ਤਾਂ ਇਹਨਾਂ ਦੇ ਪੇਕਾ ਪਰਿਵਾਰ ਦਾ ਇਹਨਾਂ ਦਾ ਪਿੰਡ। ਜਦੋਂ ਆਪਾਂ ਅੰਮ੍ਰਿਤਸਰ ਤੋਂ ਆਉਣਾ, ਜਲੰਧਰ ਆ ਗਿਆ ਰਾਹ, ਗਾਹਾਂ ਆਪਣੇ ਫਗਵਾੜਾ, ਫਗਵਾੜੇ ਤੋਂ ਪਹਿਲਾਂ ਚਿਹੇੜੂ ਆਉਣਾ, ਚਿਹੇੜੂ ਟੱਪ ਕੇ ਨਾਲੇ ਸੱਜੇ ਹੱਥ ਨੂੰ ਇਹਨਾਂ ਦਾ ਪਿੰਡ ਪੈਂਦਾ ਮੇਟਾਂ। ਪਿੰਡ ਇਹ ਦੋ ਆ, ਗੰਢਵਾਂ ਮੇਟਾਂ, ਪਰ ਇਹ ਜ਼ਿਆਦਾ ਕਰਕੇ ਦੋਨਾਂ ਪਿੰਡਾਂ ਦੇ ਨਾਂ 'ਤੇ ਮਸ਼ਹੂਰ ਆ। ਥੋੜ੍ਹਾ ਥੋੜ੍ਹਾ ਹੀ ਫਰਕ ਆ, ਪਰ ਇਹਨਾਂ ਦਾ ਜਿਹੜਾ ਪੇਕਾ ਪਿੰਡ ਆ ਉਹ ਪਿੰਡ ਮੇਟਾਂ ਆ ਉਹ, ਅਤੇ ਇਸ ਕਰਕੇ ਇਹਨਾਂ ਦਾ ਜਿਹੜਾ, ਇਸ ਕਰਕੇ ਮੈਂ ਦੱਸ ਰਿਹਾ ਵੀ ਇਹਨਾਂ ਨੂੰ ਉਸ ਵੇਲੇ ਦਾ ਸਾਰਾ ਪਤਾ, ਜਦੋਂ ਉਸ ਸੜਕ 'ਤੇ ਅਜਾੜੇ ਵੇਲੇ ਲੋਕ ਮਤਲਬ ਗੱਡਿਆਂ 'ਤੇ ਸਮਾਨ ਲੱਦੀ ਇੱਧਰ ਉੱਧਰ ਜਾ ਰਹੇ ਸੀ, ਇਹਨਾਂ ਨੂੰ ਸਾਰਾ ਪਤਾ, ਅਤੇ ਇਹਨਾਂ ਨੂੰ ਪੁੱਛਦੇ ਹਾਂ। ਅਤੇ ਦੂਜਾ ਮੈਂ ਦੱਸਣ ਲੱਗਾ ਵੀ ਜਿਹੜਾ ਇਹਨਾਂ ਦਾ ਸਹੁਰਾ ਪਰਿਵਾਰ ਆ, ਉਹ ਪਿੰਡ ਮੰਡਾਲੀ, ਤਹਿਸੀਲ ਨਵਾਂਸ਼ਹਿਰ ਅਤੇ ਜ਼ਿਲ੍ਹਾ ਜਲੰਧਰ ਵਿੱਚ ਹੈ, ਜਿਹੜਾ ਕਿ ਇਹਨਾਂ ਦੀ ਸ਼ਾਦੀ ਵਿਆਹ ਤੋਂ ਪਹਿਲਾਂ ਹੀ, ਉਹ ਜਿਹੜਾ ਪਰਿਵਾਰ ਆ, ਆਜ਼ਾਦੀ ਘੁਲਾਟੀਆ ਅਤੇ ਇੱਕ ਸਿਆਸੀ ਪਰਿਵਾਰ ਦੇ ਨਾਂ 'ਤੇ ਦੁਆਬੇ ਇਲਾਕੇ ਵਿੱਚ ਜਾਣਿਆ ਜਾਂਦਾ। ਅਤੇ ਪਿੰਡ ਮੰਡਾਲੀ, ਤਹਿਸੀਲ ਨਵਾਂਸ਼ਹਿਰ, ਜ਼ਿਲ੍ਹਾ ਜਲੰਧਰ, ਦੁਆਬਾ ਪੰਜਾਬ। ਅਤੇ ਆਜ਼ਾਦੀ ਘੁਲਾਟੀਆ ਇਸ ਕਰਕੇ ਜਾਣਿਆ ਜਾਂਦਾ ਕਿ ਜਿਹੜੇ ਮੇਰੇ ਤਾਇਆ ਜੀ ਸੀ, ਇਹਨਾਂ ਦੇ ਜੇਠ ਸਾਹਿਬ ਵੱਡੇ ਮੇਰੇ ਪਾਪਾ ਜੀ ਅਤੇ ਵੱਡੇ ਭਰਾ ਹਜੂਰਾ ਸਿੰਘ, ਉਹ ਅੰਗਰੇਜ਼ ਸਰਕਾਰ ਦੇ ਨੌਕਰੀ ਕਰਦੇ ਸੀ ਫੌਜ ਦੇ ਵਿੱਚ। ਅਤੇ ਇੱਕ ਉਹਨਾਂ ਦੇ ਸਾਥੀ ਨੂੰ 19 ਮਈ 1949 ਨੂੰ ਮੁਲਤਾਨ ਜੇਲ੍ਹ ਦੇ ਵਿੱਚ ਗਿਆਨੀ ਗੁਰਦਿੱਤ ਸਿੰਘ ਦਲੇਰ ਨੂੰ ਫਾਂਸੀ ਹੋ ਗਈ ਸੀਗੀ। ਉਹਨਾਂ ਦੇ ਸੰਬੰਧ ਵਿੱਚ ਮੇਰੇ ਜਿਹੜੇ ਆਪਣੇ ਸਕੇ ਤਾਇਆ ਜੀ ਸੀ, ਉਹਨੇ ਫੌਜ ਦੇ ਵਿੱਚੋਂ ਕੋਈ ਚਿੱਠੀ ਲਿਖ ਦਿੱਤੀ ਸੀ, ਤਾਂ ਉਹਨਾਂ ਦੇ ਵਿੱਚ ਮਤਲਬ ਵਰਲਡ ਵਾਰ ਚੱਲ ਰਹੀ ਸੀ, ਤਾਂ ਚਿੱਠੀ ਫਿਰ ਉਹ ਸੈਂਸਰ ਹੋ ਗਈ ਸੀ, ਤਾਂ ਉਹਨਾਂ ਨੂੰ ਫਿਰ ਇੱਧਰੋਂ ਹੀ ਆਪਣੇ ਲਹਿੰਦੇ ਪੰਜਾਬ 'ਚੋਂ ਕਿਸੇ ਸ਼ਹਿਰ 'ਚੋਂ, ਬਹਾਵਲਪੁਰ ਤੋਂ ਜਾਂ ਕਿੱਥੋਂ, ਮੁਲਤਾਨ ਤੋਂ ਕਿੱਥੋਂ ਮਿਲਟਰੀ ਦੀ ਗੱਡੀ ਆ ਰਹੀ ਸੀ, ਉਹਨਾਂ ਨੂੰ ਰਸਤੇ ਵਿੱਚ ਹੀ ਗ੍ਰਿਫਤਾਰ ਕਰਕੇ ਅਤੇ ਮੁਜ਼ੱਫਰਗੜ੍ਹ ਜੇਲ੍ਹ ਦੇ ਵਿੱਚ ਹੀ ਤਸ਼ੱਦਦ ਕਰ 19 ਸਤੰਬਰ 1940 ਨੂੰ ਮਤਲਬ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਕਰਕੇ ਇਹ ਜਾਣਿਆ ਜਾਂਦਾ ਆਜ਼ਾਦੀ ਘੁਲਾਟੀਏ ਪਰਿਵਾਰ ਦੇ ਨਾਂ 'ਤੇ। ਅਤੇ ਦੱਸਣ ਵਾਲੀ ਗੱਲ ਇਹ ਆ, ਉਦੋਂ ਤਾਇਆ ਜੀ ਦੀ ਆਪਣੇ ਸ਼ਾਦੀ ਨੂੰ, ਵਿਆਹ ਨੂੰ ਅਜੇ 15 ਦਿਨ ਹੋਏ ਸੀ, ਤਾਂ ਉਹਨਾਂ ਨੂੰ ਫੌਜ ਦੇ ਵਿੱਚੋਂ ਚਿੱਠੀ ਆ ਗਈ ਸੀ ਵੀ ਤੇਰੀ ਛੁੱਟੀ ਕੈਂਸਲ ਆ, ਤੈਨੂੰ ਆਉਣਾ ਪੈਣਾ। ਵਿਆਹ ਤੋਂ 15 ਦਿਨ ਬਾਅਦ ਹੀ ਉਹ ਫੌਜ ਦੇ ਵਿੱਚ ਵਾਪਸ ਹੋ ਗਏ ਸੀ, ਅਤੇ ਮੁੜ ਕੇ ਨਹੀਂ ਮਤਲਬ ਸਾਡੇ ਜਿਹੜੇ ਤਾਈ ਜੀ ਆ, ਉਹਨਾਂ ਨਾਲ ਵੀ ਇਹਨਾਂ ਦਾ ਕੋਈ ਮੇਲ ਮਿਲਾਪ ਨਹੀਂ ਹੋ ਸਕਿਆ। ਅਤੇ ਤਾਈ ਜੀ ਨੇ ਵੀ ਫਿਰ ਮੁੜ ਕੇ ਸਾਰੀ ਉਮਰ ਵਿਆਹ ਨਹੀਂ ਕਰਾਇਆ, ਕਹਿੰਦੇ ਵੀ ਇੱਕ ਵਾਰੀ ਹੋ ਗਿਆ ਹੋ ਗਿਆ। ਅਤੇ ਉਹ ਤਾਈ ਜੀ ਦਾ ਜਿਹੜਾ ਪੇਕਾ ਪਿੰਡ ਸੀ, ਉਹ ਹੈਗਾ ਜਦੋਂ ਫਗਵਾੜੇ ਤੋਂ ਹੁਸ਼ਿਆਰਪੁਰ ਨੂੰ ਜਾਣਾ, ਡਮੇਲੀ ਪਿੰਡ, ਅਤੇ ਜ਼ਿਲ੍ਹਾ ਕਪੂਰਥਲਾ ਅਤੇ ਤਹਿਸੀਲ ਫਗਵਾੜਾ ਸੀਗਾ। ਅਤੇ ਉਹਨਾਂ ਦੇ ਮਤਲਬ ਉਹਨਾਂ ਦਾ ਪੇਕਾ ਪਿੰਡ ਡਮੇਲੀ ਅਤੇ ਮੰਡਾਲੀ ਪਿੰਡ ਉਹਨਾਂ ਦੇ ਸਹੁਰੇ ਸੀ, ਅਤੇ ਸਿਰਫ 15 ਦਿਨ ਵਿਆਹ ਤੋਂ ਬਾਅਦ ਇਕੱਠੇ ਰਹੇ, ਮੁੜ ਕੇ ਨਹੀਂ ਜੀ ਉਹਨਾਂ ਦਾ ਆਪਸ ਵਿੱਚ ਹੀ ਨਾ ਮੇਲ ਮਿਲਾਪ ਹੀ ਹੋਇਆ, ਅਤੇ ਨਾ ਹੀ ਤਾਈ ਜੀ ਨੇ ਮੁੜ ਕੇ ਫਿਰ ਸ਼ਾਦੀ ਕਰਵਾਈ, ਕਿਉਂਕਿ ਵਿਆਹ ਤੋਂ 15 ਦਿਨ ਬਾਅਦ ਜਦੋਂ ਫਿਰ ਫੌਜ ਦੇ ਵਿੱਚ ਚੱਲ ਗਏ, ਤਾਂ ਮੁੜ ਕੇ ਸਮਝ ਲਓ ਉਹਨਾਂ ਦੀ ਜਿਹੜੀ ਲਾਸ਼ ਹੀ ਪਿੰਡ ਆਈ ਸੀ, ਅਤੇ ਇਸ ਕਰਕੇ ਤਾਈ ਜੀ ਨੇ ਵੀ ਕੋਈ ਮਤਲਬ ਸ਼ਾਦੀ ਨਹੀਂ ਕਰਵਾਈ ਸੀ। ਅਤੇ ਪੋਲੀਟੀਕਲ ਜਿਹੜਾ ਮੈਂ ਹੁਣ ਸਿਆਸੀ ਤੌਰ 'ਤੇ ਤੁਹਾਨੂੰ ਮੈਂ ਉਹ ਦੱਸਣ ਲੱਗਾ, ਉਹ ਇੱਦਾਂ ਆ, ਜਿਹੜੇ ਮੇਰੇ ਮਤਲਬ ਪਾਪਾ ਜੀ ਸੀ ਹਰਬੰਸ ਸਿੰਘ, ਉਹਨਾਂ ਨੂੰ ਆਮ ਕਰਕੇ ਕਾਮਰੇਡ ਹਰਬੰਸ ਸਿੰਘ ਮੰਡਾਲੀ ਦੇ ਨਾਂ 'ਤੇ ਸਾਡੇ ਇਸ ਦੁਆਬੇ ਇਲਾਕੇ ਵਿੱਚ ਜਾਣਿਆ ਜਾਂਦਾ। ਚਾਹੇ ਫਗਵਾੜੇ ਗੰਨਾ ਮਿਲ ਦਾ ਕੋਈ ਘੋਲ ਹੋਵੇ, ਚਾਹੇ ਮਜ਼ਦੂਰਾਂ ਦੀ ਕੋਈ ਹੜਤਾਲ ਹੋਵੇ, ਕੱਪੜਾ ਮਿਲਦੀ ਜਾਂ ਕੋਈ ਹੋਰ ਕਾਰਖਾਨੇ ਦੀ, ਚਾਹੇ ਕੋਈ ਜੱਟਾਂ ਦਾ, ਕਿਸਾਨਾਂ ਦਾ ਜਿੱਦਾਂ ਅੱਜ ਕੱਲ੍ਹ ਚੱਲ ਰਿਹਾ ਇੱਦਾਂ ਦਾ ਕੋਈ ਮਸਲਾ ਹੋਵੇ, ਅਤੇ ਚਾਹੇ ਇੱਧਰ ਜ਼ਮੀਨ ਦੇ ਜਿਹੜੇ ਆਪਣੇ ਵਾਦਕਾਰ ਮੰਡ ਬੇਟ ਦੇ ਵਿੱਚ ਕੋਈ ਬੈਠੇ ਉਹਨਾਂ ਦਾ ਕੋਈ ਝਗੜਾ ਹੋਵੇ, ਉਹਨੀ ਮੋਹਰੇ ਹੋ ਕੇ ਅਗਵਾਈ ਵੀ ਕੀਤੀ ਅਤੇ ਜੇਲ੍ਹਾਂ ਵੀ ਕੱਟੀਆਂ, ਅਤੇ ਸਮਝ ਲਓ ਕਿ ਪੁਲਿਸ ਦੀਆਂ ਡਾਂਗਾਂ ਵੀ ਖਾਧੀਆਂ।
ਜੇਲ੍ਹਾਂ ਇਸ ਕਰਕੇ ਨਹੀਂ ਕੱਟੀਆਂ ਕਿਸੇ ਜ਼ੁਲਮ ਦੇ ਖਿਲਾਫ, ਸਿਰਫ ਇਸ ਕਰਕੇ ਕੱਟੀਆਂ ਕਿਸਾਨਾਂ ਮਜ਼ਦੂਰਾਂ ਜਾਂ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਖਾਤਰ। ਅਤੇ ਉਹਨਾਂ ਦਾ ਉਹਨਾਂ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਜਿਹੜੀ ਸਰਪੰਚੀ ਆ, ਮਤਲਬ ਉਹ ਤਾਂ ਮੇਰੇ ਪਾਪਾ ਜੀ ਤਾਂ ਉਹ ਤਾਂ ਚਲੋ ਸਿਆਸੀ ਤੌਰ 'ਤੇ ਰਹੇ, ਅਤੇ ਦੂਜਾ ਇਸ ਪਿੰਡ ਦੀ ਜਿਹੜੀ ਸਰਪੰਚੀ ਆ ਸਾਡੇ ਆਪਣੇ ਪਰਿਵਾਰ ਕੋਲ 40 ਸਾਲ ਰਹੀ ਆ। 20 ਸਾਲ ਮੇਰੇ ਚਾਚਾ ਜੀ ਬੀਬੀ ਜੀ ਦੇ ਦੇਰ ਜਿਹੜੇ ਸੀਗੇ ਉਹਨੀਂ ਕੀਤੀ, ਗੁਰਮੇਸ਼ ਸਿੰਘ ਸਰਪੰਚ ਪਿੰਡ ਮੰਡਾਲੀ, ਅਤੇ 20 ਸਾਲ ਹੀ ਕਰ ਗਏ ਇਹਨਾਂ ਦੇ ਜੇਠ ਸਾਹਿਬ ਗੁਰਬਚਨ ਸਿੰਘ ਸਰਪੰਚ ਪਿੰਡ ਮੰਡਾਲੀ। 40 ਸਾਲ ਅਸੀਂ ਉਸ ਪਿੰਡ ਦੀ ਸਰਪੰਚੀ ਕੀਤੀ। ਅਤੇ ਜਦੋਂ ਆਪਣੇ ਉਜਾੜੇ ਪਏ ਆ ਉਦੋਂ ਜਿਹੜੇ ਉੱਥੇ ਦੇ ਗੱਦੀ ਨਿਸ਼ਾਨ ਸੀਗੇ ਬੀਬੀ ਜੀ, ਅੱਜ ਕੱਲ੍ਹ ਇੱਧਰ ਜ਼ਿਲ੍ਹਾ ਸਾਹੀਵਾਲ 'ਚ ਬੈਠੇ ਆ, 87 ਸੈਕਸਾਰ ਸਿੱਖਾਂ ਵਾਲੀ ਆਬਾਦੀ ਨਗਰ ਮੰਡਾਲੀ, ਉਹਨੇ ਵੀ ਇੱਥੇ ਜਗ੍ਹਾ ਬਣਾਈ ਸੀ। ਅਤੇ ਜਦੋਂ ਫਿਰ 1956 'ਚ ਉਹ ਵਾਪਸ ਗਏ ਪਿੰਡ, ਤਾਂ ਉਸ ਵੇਲੇ ਮੇਰਾ ਤਾਇਆ ਗੁਰਬਚਨ ਸਿੰਘ ਜੀ ਉਹ ਸਰਪੰਚ ਸੀ, ਅਤੇ ਮੇਰੇ ਬਾਬਾ ਨੱਥਾ ਸਿੰਘ ਜੀ ਪੰਚ ਸੀ। ਅਤੇ ਇਹ ਮੈਂ ਦੱਸਣ ਲੱਗਾ ਹੋਰ, ਅਤੇ ਮਤਲਬ ਇਹ ਆ ਪਿੰਡ ਦੀ ਸਰਪੰਚੀ, ਅਤੇ ਜਿਹੜੇ ਸਾਡੇ ਮਤਲਬ ਪਾਪਾ ਜੀ ਸੀ ਉਹ ਰਹੇ ਆ ਕੌਮਨਿਸਟ ਪਾਰਟੀ ਆਫ ਮਾਰਕਸਿਸਟ, ਜਿਹਨੂੰ CPIM ਅੱਜ ਕੱਲ੍ਹ ਵੀ ਕਹਿੰਦੇ ਆ। ਅਤੇ ਕਾਮਰੇਡਸ ਹਰਕਿਸ਼ਨ ਸਿੰਘ ਸੁਰਜੀਤ, ਜਿਹਨੂੰ ਕਿ ਮਤਲਬ ਦਿੱਲੀ ਦੇ ਵਿੱਚ ਕੋਈ ਵੀ ਸਰਕਾਰਾਂ ਦੀ ਇੱਧਰ ਉੱਧਰ ਕਰਨੀ ਬਣਾਉਣੀ ਕੁਛ ਵੀ ਕਰਨਾ, ਉਹਦਾ ਵੀ ਸਾਡੇ ਨਾਲ ਬੜਾ ਵਧੀਆ ਸੰਬੰਧ ਰਿਹਾ। ਜਦੋਂ ਵੀ ਕਿਤੇ ਕੋਈ ਘੋਲ ਕਰਨੇ ਹੁੰਦੇ ਸੀ ਜਾਂ ਕੋਈ ਹੋਰ ਕੋਈ ਗਤੀਵਿਧੀਆਂ ਸਿਆਸੀ ਕਰਨੀਆਂ ਹੁੰਦੀ ਸੀ, ਉਹਦਾ ਵੀ ਸਾਡੇ ਮਤਲਬ ਇੱਧਰ ਪਰਿਵਾਰ ਦੇ ਵਿੱਚ ਬਹੁਤ ਆਉਣਾ ਜਾਣਾ ਰਿਹਾ। ਅਤੇ ਉਹਨੂੰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਚਾਣਕੀਆ ਜਾਂ ਕਿੰਗ ਮੇਕਰ ਤੌਰ 'ਤੇ ਜਾਣਿਆ ਜਾਂਦਾ। ਅਤੇ ਉਹਨਾਂ ਦੇ ਨਾਲ ਫਿਰ ਉਹ ਮਤਲਬ ਦੇਸ਼ ਦੀਆਂ ਹਿੰਦੁਸਤਾਨ ਦੀਆਂ ਸਰਕਾਰਾਂ, ਚਾਹੇ ਮਰਾਰਜੀ ਡਿਸਾਈ ਦੀ ਸਰਕਾਰ ਸੀ, ਇੰਦਰ ਕੁਮਾਰ ਗੁਜਰਾਲ ਸੀ, ਦੇਵਗੌੜਾ ਸੀ, BP ਸਿੰਘ ਸੀ, ਅਤੇ ਚਾਹੇ ਡਾਕਟਰ ਮਨਮੋਹਨ ਸਿੰਘ ਜੀ ਹੋਏ, ਇਹਨਾਂ ਨੂੰ ਬਣਾਉਣ ਵਿੱਚ ਵੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ। ਉਹ ਆਪਣੇ ਜਦੋਂ ਉਹਨਾਂ ਨੂੰ ਕਿਤੇ ਪੁਲਿਸ ਉਹਨਾਂ ਦੇ ਵਾਰੰਟ ਕੱਢਦੀ ਸੀ ਤਾਂ ਸਾਡੇ ਖੂਹਾਂ ਅਤੇ ਘਰਾਂ 'ਚ ਆਮ ਮਤਲਬ ਜਿਹੜਾ ਲੁਕਣਾ ਉਹਦੇ ਲਈ ਆਮ ਗੱਲ ਸੀ, ਤਾਂ ਬਾਅਦ 'ਚ ਦੇਖ ਲਓ ਉਹ ਹਿੰਦੁਸਤਾਨ ਦਾ ਐਡਾ ਲੀਡਰ ਹੋ ਕੇ, ਤਾਂ ਜਿਹੜੀਆਂ ਰਾਸ਼ਟਰਪਤੀ ਹੋਵੇ ਮੁੱਖ ਮੰਤਰੀ ਹੋਵੇ, ਤਾਂ ਹਰੇਕ ਤਰ੍ਹਾਂ ਦੇ ਉਹਨੂੰ ਮਤਲਬ ਉਹ 'ਤੇ ਉਹ ਨਿਰਭਰ ਕਰਦਾ ਹੁੰਦਾ ਸੀ ਵੀ ਜੇ ਇਹ ਕਾਮਰੇਡ ਸੁਰਜੀਤ ਨੇ ਪਤਾ ਨਹੀਂ ਕਿੱਧਰੋਂ ਭੰਨ ਤੋੜ ਕਰਕੇ ਸਰਕਾਰ ਹਿਲਾ ਦੇਣੀ ਜਾਂ ਬਣਾ ਦੇਣੀ। ਅਤੇ ਉਹ ਤੋਂ ਬਿਨਾਂ ਜਿਹੜੇ ਸਾਡੇ ਫਾਦਰ ਸਾਹਿਬ ਸੀ ਹਰਬੰਸ ਸਿੰਘ, ਕਾਮਰੇਡ ਹਰਬੰਸ ਸਿੰਘ ਮੰਡਾਲੀ, ਇਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਅਕਾਲੀ ਦਲ ਦੇ ਮਤਲਬ 5 ਸਾਲ ਮੁੱਖ ਮੰਤਰੀ ਰਹੇ ਚੜ੍ਹਦੇ ਪੰਜਾਬ ਦਾ, ਉਹਨਾਂ ਨਾਲ ਵੀ ਬੜੇ ਵਧੀਆ ਸੰਬੰਧ ਸੀ। ਅਤੇ ਗੁਰਚਰਨ ਸਿੰਘ ਟੋੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਆ 25 ਸਾਲ, ਉਹਨਾਂ ਨਾਲ ਵੀ ਚਾਹੇ ਪਾਰਟੀ ਕੋਈ ਵੀ ਸੀ ਉਹਨਾਂ ਨਾਲ ਵੀ ਬੜੇ ਵਧੀਆ ਦੋਸਤਾਨਾ ਸੰਬੰਧ ਰਹੇ ਆ। ਅਤੇ ਗਿਆਨੀ ਜੈਲ ਸਿੰਘ ਜਿਹੜਾ ਕਿ ਚੜ੍ਹਦੇ ਪੰਜਾਬ ਦਾ ਮੁੱਖ ਮੰਤਰੀ ਵੀ ਰਿਹਾ, ਅਤੇ ਫਿਰ ਗ੍ਰਹਿ ਮੰਤਰੀ, ਤਾਂ ਫਿਰ ਰਾਸ਼ਟਰਪਤੀ ਵੀ ਰਿਹਾ, ਉਹਨਾਂ ਨਾਲ ਵੀ ਪ੍ਰਤਾਪ ਸਿੰਘ ਕੈਰੋਂ ਨਾਲ ਵੀ, ਦਰਬਾਰਾ ਸਿੰਘ ਨਾਲ ਵੀ, ਸੁਰਜੀਤ ਸਿੰਘ ਬਰਨਾਲਾ ਪੰਜਾਬ ਦਾ ਮੁੱਖ ਮੰਤਰੀ ਉਹ ਵੀ ਉਹਨਾਂ ਨਾਲ ਵੀ, ਅਤੇ ਦਰਬਾਰਾ ਸਿੰਘ ਵੀ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ, ਅਤੇ ਪ੍ਰਤਾਪ ਸਿੰਘ ਕੈਰੋਂ ਵੀ ਰਹਿ ਚੁੱਕੇ ਆ, ਅਤੇ ਹੋਰ ਵੀ ਜਿੰਨੇ ਜਾਣੀ ਉੱਚੇ ਉੱਚੇ ਅਹੁਦਿਆਂ 'ਤੇ ਰਹਿ ਚੁੱਕੇ ਆ, ਇਹਨਾਂ ਦੇ ਪਾਪਾ ਜੀ ਉਹਨਾਂ ਦੇ ਸਾਰਿਆਂ ਨਾਲ ਬੜੇ ਵਧੀਆ ਸੰਬੰਧ ਰਹੇ ਆ। ਧਾਰਮਿਕ ਜਥੇਬੰਦੀਆਂ ਲਾ ਲਓ, ਗਿਆਨੀ ਹਰਚਰਨ ਸਿੰਘ ਮੋਹਾਲੋਂ, ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਦਾ ਮਤਲਬ ਜਥੇਦਾਰ ਰਹਿ ਚੁੱਕਾ, ਉਹਨਾਂ ਨਾਲ ਵੀ, ਅਤੇ ਹੋਰ ਵੀ ਜਿੰਨੇ ਵੀ ਸਿਰਕੱਢ ਨੇਤਾ ਅਕਾਲੀ ਦਲ ਦੇ ਜਾਂ ਕਾਂਗਰਸ ਦੇ, ਉਹਨਾਂ ਨਾਲ ਬੜੇ ਵਧੀਆ ਸੰਬੰਧ ਰਹੇ। ਚਾਹੇ ਪਾਰਟੀ ਤੌਰ 'ਤੇ ਉਹਨਾਂ ਦੇ ਵਿਚਾਰ ਵੱਖਰੇ ਸੀ, ਪਰ ਉਹਨਾਂ ਨਾਲ ਜਿੱਦਾਂ ਆਉਣੀ ਜਾਣੀ ਜਾਂ ਰੱਖ ਲਓ ਇੱਦਾਂ ਦੋਸਤਾਨਾ ਸੰਬੰਧ ਇਹ ਬੜੇ ਵਧੀਆ ਰਹੇ ਆ। ਇਸ ਕਰਕੇ ਮੈਂ ਤੁਹਾਨੂੰ ਤਾਂ ਕਹਿੰਦਾ ਵੀ ਇਸ ਕਰਕੇ ਸਾਡੇ ਇਸ ਪਰਿਵਾਰ ਨੂੰ ਸਿਆਸੀ ਅਤੇ ਆਜ਼ਾਦੀ ਘੁਲਾਟੀਆ ਪਰਿਵਾਰ ਜਾਣਿਆ ਜਾਂਦਾ। ਅੱਜ ਵੀ ਸਾਡੇ ਪਰਿਵਾਰ ਦੇ ਮੈਂਬਰ ਚਾਹੇ ਕੋਈ ਦੇਸ਼ 'ਚ ਆ ਜਾਂ ਵਿਦੇਸ਼ 'ਚ ਆ, ਜਿੰਨਾ ਵੀ ਹੋ ਸਕੇ ਇਹ ਜਿਹੜੀ ਉਹਨਾਂ ਦੀ ਪਾਰਟੀ ਜਾਂ ਉਹ ਸੋਚ ਵਾਲੇ ਬੰਦੇ ਆ ਉਹਨਾਂ ਨਾਲ ਅਜੇ ਵੀ ਮਤਲਬ ਕੰਮ ਕਰੀਦਾ। ਅਤੇ ਇਸ ਕਰਕੇ ਇਹ ਹੈ ਜੀ ਸਿਆਸੀ ਕੈਰੀਅਰ। ਅਤੇ ਹੁਣ ਆਪਾਂ ਗੱਲ ਕਰਦੇ ਮਾਤਾ ਜੀ ਨਾਲ। ਸਤਿ ਸ਼੍ਰੀ ਅਕਾਲ ਬੀਬੀ। ਸਤਿ ਸ਼੍ਰੀ ਅਕਾਲ। ਜਦੋਂ 1947 ਦੇ ਵਿੱਚ ਰੌਲੇ ਪਏ ਆ ਉਦੋਂ ਆਪਣੀ ਉਮਰ ਕਿੰਨੀ ਕੁ ਸੀ? 25 ਸਾਲ ਦੀ। ਅੱਛਾ, ਥੋੜ੍ਹੀ ਜਿਹਾ ਉੱਚੀ ਬੋਲੇ। ਅੱਛਾ, ਨਹੀਂ 20 ਦੀ ਹੋਣੀ ਆ ਤੇਰੇ ਪੇਪਰਾਂ ਦੇ ਹਿਸਾਬ ਨਾਲ ਜੋ ਜਨਮ ਤਰੀਕ। ਅੱਛਾ, ਉਦੋਂ ਫਿਰ ਜਿਹੜੇ 47 ਦੇ ਵਿੱਚ ਆਪਣੇ ਕਿੰਨੇ ਕੁ ਮੁਸਲਮਾਨ ਪਰਿਵਾਰ ਰਹਿੰਦੇ ਸੀ? 30 ਤਾਂ ਨਾ ਸੀ, 15 ਘੱਟ ਸੀ। ਨਹੀਂ ਨਹੀਂ 20 ਦੇ ਲਾਗੇ ਸ਼ੱਕ 20 ਦੇ। ਹਾਂ,
अच्छा चल कोई अच्छा ठीक ठीक जेडे थोड़े पिंड तो मुसलमान परिवार रेंदे ही तेन उन्हों का पता कुछ याद आ? ਮੈਨੂੰ ਇਦਾਂ ਤੇ ਹੁਣ ਨਾਮ ਥੋੜੇ ਆਉਂਦੇ ਥੋੜੇ ਨਹੀਂ ਜਿੰਨਾ ਜਿੰਨਾ ਦੇ ਆਉਂਦੇ ਉਹਨਾਂ ਤੇ ਦੱਸ। ਮੈਨੂੰ ਤਾਂ ਉਹ ਇੱਕ ਹੁੰਦਾ ਸੀਗਾ ਪੀਰੂ, ਇੱਕ ਸੀ ਹੁੰਦਾ ਸੀ ਮੁੰਡਾ ਤਫੈਲ, ਇੱਕ ਉਹਦਾ ਨਾਮ ਮੁੰਡੇ ਨਾਲ ਸ਼ਾਦੀ ਸੀ ਉਹਦੇ ਪੀਰ ਨਾਲ ਖੁਸ਼ੀ ਦਾ ਸੀ, ਤੇ ਇੱਕ ਫੱਤਾ ਹੁੰਦਾ ਸੀ, ਇੱਕ ਫਜਲੂ ਹੁੰਦਾ ਸੀ, ਇੱਕ ਬੱਗਾ ਬੱਗੇ ਦਾ ਮੁੰਡਾ ਛੋਟਾ ਜਿਹਾ ਸੀ ਸੋਹਣ। ਹੁਣ ਬਾਕੀ ਮੈਂ ਚੇਤੇ ਭੁੱਲ ਗਿਆ। ਇਹ ਕਿਹੜੀ ਇਹਨਾਂ ਦੀ ਕਿਹੜੀ ਬਰਾਦਰੀ ਜਾਂ ਜਾਤ ਸੀ? ਇਹ ਜਿਹੜਾ ਪੀਰੂ ਉਹ ਭਰਾਈ ਕਹਿੰਦੇ ਸੀ। ਤਾਂ ਜਿਹਨੂੰ ਮੈਂ ਉਹ ਕਹਿੰਦੀ ਹਾਂ ਸੋਹਣ ਮੁੰਡਾ, ਉਹ ਉਹ ਗੁੱਜਰ ਸੀ। ਅੱਛਾ ਗੁੱਜਰ ਸੀ। ਉਹ ਕੀ ਕੰਮ ਕਰਦੇ ਸੀ? ਗੁੱਜਰ ਤਾਂ ਖੇਤੀ ਕਰਦੇ ਸੀ। ਉਹ ਜਿਹੜਾ ਪੀਰੂ ਸੀ ਉਹ ਉੱਦਾਂ ਕੰਮ ਕਰਦੇ ਸੀ। ਅੱਛਾ ਇਹਨਾਂ ਦਾ ਤੁਹਾਡਾ ਮੇਲ ਵਰਤਾ ਜਿੱਦਾਂ ਤੁਸੀਂ ਛੋਟੀ ਛੋਟੀਆਂ ਸਹੇਲੀਆਂ ਬਹੁਤ ਬਹੁਤ ਸੀ ਬਹੁਤ ਸੀ ਸਾਡਾ ਅੱਛਾ ਜ਼ਿਆਦਾ ਹੀ ਸੀ। ਵਿਆਹਾਂ ਸ਼ਾਦੀਆਂ ਤੇ ਆਉਣਾ ਜਾਣਾ ਆਮ ਗੱਲ ਆਉਣਾ ਜਾਣਾ, ਫੇ ਅਸੀਂ ਉਸ ਕੁੜੀ ਦੇ ਵਿਆਹ ਨੂੰ ਧਾਮ ਵੀ ਦਿੱਤੀ ਸੀ। ਅੱਛਾ ਜੀ ਇਹ ਗਰੁੱਪ ਵਾਲੇ ਧਾਮ ਸ਼ਾਇਦ ਨਹੀਂ ਪਤਾ ਬੜੇ ਮੈਂਬਰਾਂ ਨੂੰ, ਧਾਮ ਇਹ ਹੁੰਦਾ ਵੀ ਜਦੋਂ ਜਨੇਤ ਆਉਣੀ ਉਹਦਾ ਰੋਟੀ ਪਾਣੀ ਦੀ ਜਾਂ ਸੇਵਾ ਕਰਨੀ ਉਹਨੂੰ ਧਾਮ ਕਹਿੰਦੇ ਸੀ ਪਹਿਲਾਂ। ਅੱਛਾ ਤੇ ਹੋਰ ਕੇ ਹੋਰ ਮੁਸਲਮਾਨ ਪਰਿਵਾਰ ਕਿਹੜੇ ਸੀ? ਹੋਰ ਉਹਨਾਂ ਨੂੰ ਬਰਵਾਲੇ ਕਹਿੰਦੇ ਜਿਹੜੇ ਸਾਡੇ ਪਿੱਛੇ ਹੁੰਦੇ ਸੀ। ਅੱਛਾ ਇੱਕ ਮਰਾਸੀ ਹੁੰਦੇ ਸੀ, ਉਹਨਾਂ ਦਾ ਨਾਂ ਦਾ ਪਤਾ ਨਾ ਚੇਤੇ ਭੁੱਲ ਗਏ, ਉਹ ਪਹਿਰਾ ਦਿੰਦਾ ਹੁੰਦਾ ਸੀ, ਉਹਦਾ ਨਾਂ ਅਲੀ ਗੌਰ ਸੀ। ਅੱਛਾ ਅਲੀ ਗੌਰ, ਉਹ ਹੁਣ ਨਹੀਂ ਹੁਣ ਨਹੀਂ ਉਹ ਤਾਂ ਚੱਲ ਉਹ ਤਾਂ ਆਪਾਂ ਸੁਨੇਹਾ ਭੇਜਿਆ। ਜੇ ਜਿਹੜੇ ਹੋ ਜਾਣੀ ਤੁਹਾਡਾ ਉਹਨਾਂ ਨਾਲ ਵਿਆਹਾਂ ਸ਼ਾਦੀਆਂ ਤੇ ਮੇਲ ਵਰਤਾ ਰੋਟੀ ਪਾਣੀ ਇਕੱਠੇ ਖਾਣਾ ਪੀ ਬਹੁਤ ਸੀ ਬਹੁਤ ਸੀ। ਉਹਨਾਂ ਦਾ ਚੇਤਾ ਵੀ ਆਉਂਦਾ ਕਦੀ? ਮੈਨੂੰ ਤਾਂ ਬਹੁਤ ਆਉਂਦਾ। ਅੱਛਾ ਅੱਛਾ ਉਦੋਂ ਫਿਰ 47 'ਚ ਜੋ ਹੋਇਆ ਇਹ ਮਾੜਾ ਹੋਇਆ ਹਨਾ, ਇੱਦਾਂ ਹੋਣਾ ਨਹੀਂ ਚਾਹੀਦਾ। ਮਾੜਾ ਵੀ ਜ਼ਿਆਦਾ ਹੀ ਹੋਇਆ, ਥੋੜਾ ਮਾੜਾ ਵੀ ਨਹੀਂ ਹੋਇਆ। ਨਹੀਂ ਤਾਂ ਇਹ ਤਾਂ ਵੀ ਨਹੀਂ ਭੁੱਲਦੇ, ਨਹੀਂ ਭੁੱਲਦੇ। ਅੱਛਾ ਤੇ ਤੇਰੀਆਂ ਸਹੇਲੀਆਂ ਕਿਹੜੀਆਂ ਸੀ ਉਹਨਾਂ ਚੋਂ? ਸਹੇਲੀਆਂ ਸਾਡੀਆਂ ਹੁਣ ਗੁੱਜਰਾਂ ਦੀਆਂ ਕੁੜੀਆਂ ਚੇਤੇ ਭੁੱਲ ਗਏ ਨਾਂ ਦੇ। ਅੱਛਾ ਨਾਂ ਦੇ ਇਹਦਾ ਇੱਦਾਂ ਜੀ, ਮਾਤਾ ਜੀ ਦਾ ਨਾਂ ਜਿਹੜਾ ਪੇਕਾ ਪਿੰਡ ਆ ਉੱਥੇ ਇਹਦਾ ਨਾਂ ਸਵਰਨੀ ਸੀ, ਤੇ ਸਹੁਰਾ ਪਿੰਡ ਜਾ ਕੇ ਇਹਦਾ ਨਾਂ ਸਵਰਨ ਕੌਰ ਪੈ ਜਿੱਦਾਂ ਮਤਲਬ ਸੀਗਾ। ਤੇ ਜੇ ਉਹ ਮੈਂਬਰ ਕੋਈ ਸੁਣਦਾ ਹੋਵੇ ਉਹਨਾਂ ਨੂੰ ਇਹ ਦੱਸਣਾ ਵੀ ਸਵਰਨੀ ਤੇ ਰਾਓ ਇਹਨਾਂ ਦੀ ਮਾਤਾ ਦਾ ਨਾਂ ਸੀ, ਤੇ ਇਹਨਾਂ ਦੇ ਬਾਪ ਦਾ ਨਾਂ ਸੀ ਊਧਮ ਸਿੰਘ, ਤੇ ਭਰਾ ਇਹਨਾਂ ਦੇ ਸੀਗੇ ਫੁੰਮਣ ਸਿੰਘ, ਪਿਆਰਾ ਸਿੰਘ ਤੇ ਜਗਿੰਦਰ ਸਿੰਘ, ਤੇ ਮਾਮੀਆਂ ਸਾਡੀਆਂ ਤਿੰਨ ਸੀਗੀਆਂ ਇਹਨਾਂ ਦੀਆਂ ਭਰਜਾਈਆਂ, ਪੁੰਨਾ ਕੌਰ, ਨਸੀਬ ਕੌਰ ਤੇ ਪ੍ਰੀਤਮ ਕੌਰ, ਤੇ ਬਾਬੇ ਕਹਿੰਦਾ ਟੱਬਰ, ਇਹਨਾਂ ਨੂੰ ਸੱਦਦੇ ਸੀ ਜੇ ਮੈਂਬਰ ਇਹਨਾਂ ਦੇ ਪਿੰਡ ਦਾ ਕੋਈ ਮਤਲਬ ਜੇ ਕੋਈ ਸੁਣਦਾ ਹੋਵੇ। ਨਹੀਂ ਉਹ ਤਾਂ ਫਿਰ ਪਤਾ ਲੱਗ ਜਾਓ ਹੈਗੀ ਕਿ ਨਹੀਂ। ਤੇ ਜਦੋਂ ਤੁਹਾਡੇ ਉੱਥੋਂ ਖੂਹ ਤੋਂ ਲੋਕ ਲੰਘਦੇ ਸੀ ਗੱਡਿਆਂ ਤੇ ਉਦੋਂ ਦੇਖੇ ਲੰਘਦੇ? ਦੇਖਦੇ ਅਸੀਂ ਖੂਹ ਤੇ ਖੜੇ ਸੀ। ਅੱਛਾ ਖੂਹ ਤੇ ਖੜ ਕੇ ਦੇਖਣੇ ਕਿੱਦਾਂ ਲੋਕ ਜਾਂਦੇ ਹੈ? ਜਾਂਦੇ ਜਾਂਦੇ ਸੀ, ਪਿੱਛੇ ਗੋਲੀਆਂ ਜਾਂ ਫਗਵਾੜੇ ਚੱਲਦੀਆਂ ਸਾਹਮਣੇ ਸਾਨੂੰ ਸੁਣਦੀਆਂ ਸੀ। ਅੱਛਾ ਉਹ ਜਿਹੜੇ ਨਾਲੇ ਅੱਗੇ ਆਪਾਂ ਗੱਲ ਕਰਦੇ ਸੀ ਵੀ ਜਦੋਂ ਕੋਈ ਜਾਂਦੇ ਸੀ ਤਾਂ ਜੇ ਕਿਸੇ ਦਾ ਬਹੁਤ ਕੋਈ ਭੁੱਖਾ ਜਾਂ ਕੋਈ ਗੱਡਾ ਖਰਾਬ ਹੋ ਜਾਂਦਾ ਉਹ ਵਿਚਾਰੇ ਨਿਆਣੇ ਚੁੱਕ ਚੁੱਕ ਕੇ ਖੇਤਾਂ 'ਚ ਦੌੜਦੇ ਸੀ, ਦੌੜਦੇ ਸੀ ਦੌੜਦੇ ਸੀ, ਦੂਜੇ ਪਾਸੇ ਮਾਰਦੇ ਸੀ, ਉਹ ਚੀਜ਼ ਦੀ ਥੈਂ ਦੀ ਥੈਂ ਤੈ ਹੀ ਪਈ ਸੀ, ਚੱਕਣ ਦਾ ਨਾ ਸੀ ਵਿਚਾਰਿਆਂ ਨੂੰ, ਕੋਈ ਗੱਜਣ ਨਹੀਂ, ਰੱਖੋਗੇ ਰੱਖੋਗੇ ਬਾਕੀ ਪਈ ਰਹਿ ਗਏ। ਉਹ ਫਿਰ ਜਦੋਂ ਉਹ ਦੌੜਦੇ ਸੀ ਉਹਨਾਂ ਦੇ ਕੋਲ ਕੋਈ ਸਮਾਨ ਵੀ ਹੁੰਦਾ ਸੀ ਉੱਦਾਂ ਹੀ ਨਿਆਣੇ ਲੈ ਕੇ ਦੌੜ ਜਾਂਦੇ? ਗੱਡੇ ਹੁੰਦੇ, ਗੱਡੀਆਂ ਤੇ ਲੱਦੇ ਹੁੰਦੇ ਸੀ। ਅੱਛਾ ਅੱਛਾ ਠੀਕ, ਪੈਦਲ ਵੀ ਜਾਂਦੇ ਸੀ, ਪੈਦਲ ਹੀ ਰਾਹ ਭਰੇ ਵੀ ਗਏ ਹਨਾ, ਇਹ ਜਾਂਦੇ ਸੜਕ ਸੜਕ ਦੇਖੀ ਆ। ਤੇ ਉਹ ਜਿਹੜੀਆਂ ਇੱਥੇ ਦੀਆਂ ਕੁੜੀਆਂ ਸੀ ਉਹ ਤਾਂ ਘਰੀ ਵੀ ਆ ਕੇ ਮਿਲੀਆਂ, ਉਦੋਂ ਸਾਰੇ ਰੱਖੇ ਹੋਏ ਸੀ, ਬਾਅਦ ਚ ਕੱਢੇ ਵਿਚਾਰੇ। ਅੱਛਾ ਉਹਨਾਂ ਦੀਆਂ ਕੁੜੀਆਂ ਘਰ ਨੂੰ ਮਿਲਣ ਵੀ ਆਉਂਦੀਆਂ ਸੀ, ਤੇ ਫਿਰ ਉਹ ਬਾਅਦ ਚ ਕੱਢੇ ਪਿੰਡੋਂ। ਅੱਛਾ ਅੱਛਾ ਤੇ ਉਹ ਆਪਣੇ ਬੇਈ ਦੇ ਲਾਗੇ ਵਿਚਾਰੇ, ਬੇਈ ਤੇ ਕੈਂਪ ਲੱਗਾ ਫਿਰ ਜਾ ਕੇ ਸ਼ਹਿਰੂ ਦੀ। ਅੱਛਾ ਉੱਥੋਂ ਪਤਾ ਨਹੀਂ ਵਿਚਾਰੇ ਕਿੱਦਾਂ ਹੋਈ ਆ। ਇਹਨਾਂ ਦੇ ਇੱਦਾਂ ਜੀ ਦੋ ਕੈਂਪ ਲੱਗੇ ਸੀ ਇਹਨਾਂ ਦੇ ਪਿੰਡ ਤੋਂ, ਇੱਕ ਚਿਹੇੜੂ ਲੱਗਾ ਸੀ ਤੇ ਇੱਕ ਦਾਦੂਵਾਲ ਲੱਗਾ ਸੀ। ਕੁਛ ਮੁਸਲਮਾਨ ਪਰਿਵਾਰ ਦੇ ਮੈਂਬਰ ਇਹਨਾਂ ਨੂੰ ਪੁੱਛਦੇ ਜਿਹੜੇ ਨਹੀਂ ਘਰ ਲੁਕੋ ਕੇ ਰੱਖੇ ਤਾਂ ਫੇਰ ਕੱਢੇ, ਜਿਹੜੇ ਮੁਸਲਮਾਨਾਂ ਦੀ ਕੁੜੀ ਆਪਾਂ ਲੁਕੋ ਕੇ ਰੱਖੀ ਸੀ ਉਹਦਾ ਕੀ ਨਾਂ ਸੀ? ਸਰਦਾਰਾਂ 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 ਹਾਂਜੀ, ਸਰਦਾਰਾਂ ਨੂੰ ਹੀ ਨਹੀਂ ਲੁਕੋ ਕੇ ਰੱਖਿਆ, ਮਤਲਬ ਇਹਨਾਂ ਦੇ ਘਰ ਇਹਦੇ ਪੇਕਾ ਪਰਿਵਾਰ ਨੇ ਮਾਮਾ ਜੀ ਹੋਣਾ ਦੇ, ਤੇ ਇਹ ਮਤਲਬ ਜਦੋਂ ਸਾਡੇ ਮਾਮਾ ਜੀ ਹੋਣੀ ਜਿਹੜੇ ਉੱਥੇ ਉਹਨੂੰ ਲੁਕੋ ਕੇ ਰੱਖ ਕੇ ਤਾਂ ਤੜਕੇ ਨੂੰ ਹਨੇਰੇ ਹੀ ਉਹਨਾਂ ਦੇ ਮਤਲਬ ਹਨੇਰੇ ਹਨੇਰੇ ਦਾਦੂਵਾਲ ਦੇ ਵਿੱਚ ਕੈਂਪ ਦੇ ਵਿੱਚ ਪਹੁੰਚਾਇਆ। ਅਤੇ ਹੋਰ ਵੀ ਇਹਨਾਂ ਦੇ ਘਰ ਉਹ ਪੇਟੀ ਰੱਖ ਕੇ ਗਏ ਸੀ ਜਿਹੜੀ ਕਿ ਬਹੁਤ ਦੇਰ ਤੋਂ ਹੀ ਪਈ ਰਹੀ ਆ, ਹੁਣ ਉਹ
ਦੱਸਦੇ ਵੀ ਉਹਨਾਂ ਨੂੰ ਉਡੀਕ ਉਡੀਕ ਕੇ ਪੇਟੀ ਸਿੱਟੀ ਆ ਵੀ ਅੱਜ ਆਉਂਦੇ ਆ ਕੱਲ ਆਉਂਦੇ ਉਹ ਜਿਹੜੀ ਪੇਟੀ ਰੱਖੀ ਸੀ ਉਹ ਹੁਣ ਤਾਂ ਸਿੱਟਤੀ ਹੈ ਨਾ ਕਿਹ ਗਈ ਸਿੱਟਦੇ ਉਹ ਜੀ ਮੈਂ ਅੱਗੇ ਦੀ ਮੈਂ ਗੱਲ ਉਹਨੂੰ ਸ਼ਹਿਰੂ ਛੱਡ ਕੇ ਆਈ ਸੀ ਮੇਰੀ ਮਾਂ ਅੱਛਾ ਅੱਛਾ ਸ਼ਹਿਰੂ ਬੇ ਉਹ ਜਿਹੜਾ ਮੇਨ ਤੇ ਕੈਂਪ ਲੱਗਾ ਸੀ ਉਹਦਾ ਘਰ ਵਾਲਾ ਆਉਂਦਾ ਸੀ ਸਾਡੇ ਭੂਆ ਦੇ ਮੁੰਡੇ ਦੇ ਕੋਲ ਫੇ ਉਹ ਉਹਦੇ ਜੁੰਮੇ ਲਾ ਕੇ ਆਈ ਫੇ ਛੱਡ ਆਈ ਸੀ ਉਹ ਅੱਛਾ ਉਹ ਸ਼ਹਿਰੂ ਛੱਡੀ ਸੀ ਸ਼ਹਿਰੂ ਅੱਛਾ ਸ਼ਹਿਰੂ ਛੱਡੀ ਮੇਨ ਤੇ ਕੈਂਪ ਲੱਗਾ ਆਇਆ ਸੀ ਫੇ ਉਦਾਂ ਤਾਂ ਨਹੀਂ ਉਹਨਾਂ ਦਾ ਕੋਈ ਨੁਕਸਾਨ ਪਿੰਡ ਚ ਤਾਂ ਨਹੀਂ ਕੋਈ ਹੋਇਆ ਕੋਈ ਮਾਰ ਧਾੜ ਕੁਛ ਵੀ ਬਾਕੀ ਬਾਟੇ ਦਾ ਨਹੀਂ ਸਾਨੂੰ ਤਾਂ ਪਿੰਡੋਂ ਨਿਕਲ ਗਿਆ ਸੀ ਪਿੰਡੋਂ ਚੱਲ ਗਿਆ ਠੀਕ ਹੈ ਪਿੰਡੋਂ ਚੱਲ ਗਿਆ ਤੇ ਅੱਜ ਵੀ ਉਹਨਾਂ ਦਾ ਫੇਰ ਜਿਹੜੇ ਹੋਰ ਕੋਈ ਪਰਿਵਾਰ ਆ ਅੱਜ ਵੀ ਚੇਤਾ ਆਉਂਦਾ ਉਹਨਾਂ ਦਾ ਬਈ ਮੈਨੂੰ ਤਾਂ ਬਥੇਰਾ ਆਉਂਦਾ ਜੇ ਤੈਨੂੰ ਕੋਈ ਉੱਥੇ ਜਾਣ ਦਾ ਮਿਲੇ ਤਾਂ ਤੇਰੇ ਨਾਲ ਫੋਨ ਤੇ ਗੱਲ ਕਰਨ ਹੁਣ ਸਾਡੇ ਹਾਣ ਦਾ ਹੋਣਾ ਹੀ ਨਹੀਂ ਜੇ ਕੋਈ ਹੋਇਆ ਤਾਂ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਇਆ ਤਾਂ ਫਿਰ ਆਪਾਂ ਨੂੰ ਇੱਥੇ ਫੋਨ ਕਰਨ ਤਾਂ ਫਿਰ ਗੱਲ ਕਰਾਂਗੇ ਉਹਨਾਂ ਨਾਲ ਚਲੋ ਰਹਿਮੀ ਉਹ ਜਿਹਾ ਸਰਦਾਰਾਂ ਫਿਰ ਹੁਣ ਚੇਤੇ ਭੁੱਲ ਗਿਆ ਮੈਨੂੰ ਨਾਵਾਂ ਦੇ ਵੀ ਭੁੱਲ ਗਿਆ ਉਹ ਅੱਛਾ ਅੱਛਾ ਤੇ ਜਦੋਂ ਜਾਣੀ ਗਏ ਆ ਉਹ ਉਹਨਾਂ ਦੇ ਫਿਰ ਜਿਹੜੇ ਘਰ ਸੀ ਉਦਾਂ ਵਿਚਾਰੇ ਛੱਡ ਗਏ ਸਮਾਨ ਪਸ਼ੂ ਸਾਰ ਛੱਡ ਗਏ ਉਦਾਂ ਹੀ ਉਦਾਂ ਸਮਾਨ ਜਿੰਨਾ ਚੱਕ ਹੋਇਆ ਚੱਕ ਲੈ ਗਏ ਬਾਕੀ ਪਿਆ ਰਹਿ ਗਿਆ ਲੋਕਾਂ ਨੂੰ ਉਸ ਲਈ ਲੈ ਗਏ ਚੱਕ ਕੇ ਕੱਢ ਕੇ ਮਤਲਬ ਉਹਦਾ ਲੁੱਟ ਖੋਈ ਇੰਨੀ ਪੈ ਗਏ ਦੋ ਦਬ ਲੈ ਗਏ ਲੈ ਗਏ ਲੈ ਗਏ ਲੈ ਗਏ ਇਹ ਫਿਰ ਪੇਟੀ ਤੁਹਾਡੇ ਰੱਖ ਕੇ ਗਏ ਸੀ ਵੀ ਜਦੋਂ ਅਸੀਂ ਆਵਾਂਗੇ ਲੈ ਜਾਵਾਂਗੇ ਨਹੀਂ ਉਹ ਸਾਡੇ ਪਹਿਲਾਂ ਤੇ ਸਾਡੇ ਘਰੇ ਸੀ ਉਹਨਾਂ ਦਾ ਥੈਂ ਛੋੜਾ ਸੀ ਉਹ ਅੱਛਾ ਅੱਛਾ ਠੀਕ ਹੈ ਅੱਛਾ ਉੱਥੋਂ ਜਦੋਂ ਚੀਜ਼ ਕੋਈ ਲਿਜਾਣੀ ਉੱਥੋਂ ਲੈ ਜਾਣੀ ਰੱਖ ਜਾਣੀ ਇੱਥੋਂ ਲੈ ਜਾਣੀ ਇੱਥੇ ਰੱਖ ਦੇ ਉਹ ਪਹਿਲਾਂ ਤੇ ਸੀ ਇਹ ਨਹੀਂ ਸੀ ਹੋਣੇ ਆ ਪਹਿਲਾਂ ਤੇ ਸੀ ਸਾਡਾ ਉਹਨਾਂ ਦਾ ਸੀਗਾ ਵੀ ਬਹੁਤ ਅੱਛਾ ਬਹੁਤ ਜ਼ਿਆਦਾ ਸੀ ਉਹਨਾਂ ਦਾ ਕੀ ਨਾਂ ਸੀ ਪੀਰੂ ਸੀ ਰਹਿਮਤ ਇੱਥੇ ਮਾਰ ਦਿੱਤਾ ਸੀ ਵਿਚਾਰਾ ਸਰਦਾਰਾ ਉਹਦੇ ਘਰੋਂ ਸੀ ਰਹਿਮੀ ਸੀ ਕੁੜੀ ਤੇ ਮੰਗਲ ਵੀ ਮਾਰ ਦਿੱਤਾ ਸੀ ਵਿਚਾਰਾ ਪੀਰੂ ਤਾਂ ਸਰਦਾਰਾਂ ਸਾਡੇ 8 ਦਿਨ ਰਹੀ ਸੀ ਉਹਨੂੰ ਵੀ ਛੱਡ ਕੇ ਆਏ ਸੀ ਚਿਹੇੜੂ ਅੱਛਾ ਅੱਛਾ ਰਹਿਮੀ ਦਾ ਨਹੀਂ ਮੈਨੂੰ ਪਤਾ ਵਿਚਾਰੀ ਦਾ ਕਿੱਦਾਂ ਹੋਈ ਕਿੱਦਾਂ ਨਹੀਂ ਜਿਹੜੇ ਖੇਤੀ ਕਰਦੇ ਸੀ ਪਰਿਵਾਰ ਉਹਨਾਂ ਦਾ ਕੀ ਨਾਂ ਸੀ ਗੁੱਜਰਾਂ ਦਾ ਉਹ ਗੁੱਜਰਾਂ ਦਾ ਇੱਕ ਨਾਂ ਸੀ ਫਜਲੂ ਚੇਤੇ ਭੁੱਲ ਗਏ ਇੱਕ ਸੀ ਦੇਖੇ ਚੇਤੇ ਭੁੱਲ ਗਏ ਉਹਨਾਂ ਦੇ ਹੁਣ ਮੈਨੂੰ ਅੱਛਾ ਅੱਛਾ ਨਾਲੇ ਹੋਣੇ ਵੀ ਨਹੀਂ ਪਿੰਦਰਾ ਉਹ ਨਹੀਂ ਉਹ ਤਾਂ ਪੁੱਛਦੇ ਹੀ ਆ ਸ਼ਾਇਦ ਹੋਣ ਜੇ ਉਹਨਾਂ ਦੇ ਪਰਿਵਾਰਾਂ ਚੋਂ ਕੋਈ ਹੋਊਗਾ ਉਹਨਾਂ ਦੇ ਹੁਣ ਮੈਨੂੰ ਭੁੱਲ ਗਏ ਤੇ ਉਹਨਾਂ ਦਾ ਖੂਹ ਤੁਹਾਡੇ ਨਾਲ ਹੀ ਸੀ ਜਿੱਥੇ ਖੇਤੀ ਕਰਦੇ ਸੀ ਨਹੀਂ ਨਹੀਂ ਖੂਹ ਉਹਨਾਂ ਦਾ ਪਿੰਡ ਨਾਲ ਹੀ ਪੈਂਦਾ ਸੀ ਜਿੱਥੇ ਫਾਟਕ ਉੱਥੇ ਅੱਛਾ ਫਾਟਕ ਦੇ ਕੋਲ ਗੱਡੀ ਵਾਲੇ ਕੋਲ ਸੀ ਉਹਨਾਂ ਕੁੱਲੀਆਂ ਵਾਲਾ ਖੂਹ ਤੇ ਘਰ ਉਹਨਾਂ ਦਾ ਤੁਹਾਡੇ ਨਾਲ ਲੱਗਦਾ ਸੀ ਘਰ ਪਿੱਠਾਂ ਸੀ ਅੱਛਾ ਤੁਹਾਡੇ ਬਨੇਰੇ ਸਾਂਝੀ ਸੀ ਹਾਂ ਪਿੱਠਾਂ ਸਹੀਆਂ ਤਖਾਣਾ ਦੇ ਨਾਲ ਆ ਘਰ ਲੱਗਦੇ ਸੀ ਫੇਰ ਜਦੋਂ ਦੀ ਰਾਤ ਨੂੰ ਕੋਠੇ ਤੇ ਵੀ ਉਦੋਂ ਸੌਂਦੇ ਹੋਣਗੇ ਤੁਸੀਂ ਆਪਣੀਆਂ ਸਹੇਲੀਆਂ ਸਾਰੀਆਂ ਅੱਧੀ ਦੀ ਰਾਤ ਤੇ ਮਤਲਬ ਬੈਠੀਆਂ ਗੱਲਾਂ ਕਰਦੀਆਂ ਰਹੀਆਂ ਕਰਦੀਆਂ ਤੇ ਕਰਦੇ ਇਹ ਫਿਰ 47 ਨਾਲੇ 47 ਜਦੋਂ ਆਇਆ 47 ਜਦੋਂ ਰੌਲੇ ਪਏ ਜਾੜੇ ਪਏ ਉਹਨੇ ਵਿਛੋੜੇ ਪਏ ਤੁਹਾਡੇ ਉਹਦੇ ਹੀ ਪਏ ਉਹਦੇ ਕੋਲ ਨਹੀਂ ਤਾਂ ਤੁਹਾਡਾ ਜਾਣੀ ਘਰ ਆਂਗ ਰਹੀ ਇੱਕ ਦੂਜੇ ਦੇ ਆਉਣਾ ਜਾਣਾ ਰੋਟੀ ਜਿਹੜੀ ਉਹ ਰਹਿਮੀ ਦੀ ਮੈਂ ਗੱਲ ਕਰੀ ਸਰਦਾਰਾਂ ਨੇ ਉਹ ਤਾਂ ਸਾਡਾ ਘਰ ਵਾਲੇ ਕੰਮ ਸੀ ਉਹ ਸਾਡਾ ਘਰ ਵਾਲੇ ਹਿਸਾਬ ਇੱਦਾਂ ਦਾ ਕੋਈ ਫਰਕ ਨਹੀਂ ਸੀ ਸਿੱਖਾਂ ਮੁਸਲਮਾਨਾਂ ਜਾਂ ਹਿੰਦੂਆਂ ਦਾ ਨਹੀਂ ਉਹਨਾਂ ਨਾਲ ਸਾਡਾ ਹੈ ਨਾ ਸੀ ਸਾਡਾ ਜ਼ਿਆਦਾ ਹੀ ਸੀ ਉਹ ਪੀਰੂ ਨਾਲ ਖੇਤੀ ਵੀ ਕਰਾਉਂਦਾ ਹੁੰਦਾ ਸੀ ਨਾਲ ਉਹਨੂੰ ਜਾਣਾ ਕੰਮ ਕਰਾਉਣਾ ਉਹਨਾਂ ਦੀ ਕੁੜੀ ਪਹਿਲੀ ਤਾਂ ਉਹਨਾਂ ਦੀ ਅੱਗੇ ਉੱਧਰ ਸੀ ਪਾਕਿਸਤਾਨ ਚ ਅੱਛਾ ਉੱਧਰ ਉਸ ਪੰਜਾਬ ਚ ਪਈ ਉਹ ਤਾਂ ਚਿਰਦੀ ਗਈ ਸੀ ਉੱਧਰ ਜਾਂਦੇ ਉਹਦਾ ਨਾਂ ਸੀ ਉਹ ਤਾਂ ਮਡਾਲੀ ਵੀ ਜਾ ਕੇ ਆਈ ਸਾਡੇ ਘਰ ਮੈਂ ਜੇ ਗਈ ਆਈ ਫਿਰ ਅਸੀਂ ਮਡਾਲੀ ਫੇਰ ਵੀ ਜਾਏ ਸੀ ਉਹਨਾਂ ਕਹਿੰਦੀ ਮੈਂ ਮਡਾਲੀ ਤੇਰਾ ਘਰ ਦੇਖ ਕੇ ਆਈ ਹਾਂ ਠੀਕ ਹੈ ਠੀਕ ਹੈ ਅੱਛਾ ਮਡਾਲੀ ਜਾਏ ਸੀ ਜਾਂਦੀ ਸੀ ਗਈ ਸੀ ਮੇਲਾ ਜੋ ਲੱਗਦਾ ਸੀ ਇਹ ਇਦਾਂ ਜੀ ਮਡਾਲੀ ਦਾ ਫੇਰ ਜਿਹੜਾ ਉੱਥੇ ਆਪਣੇ ਅਬਦੁੱਲੇ ਸ਼ਾਹ ਜੀ ਕਾਦਰੀ ਹੋਏ ਇੱਕ ਮੁਸਲਮਾਨ ਫਕੀਰ ਉਹਨਾਂ ਦੀ ਯਾਦ ਦੇ ਵਿੱਚ ਮੰਡਾਲੀ ਮੇਲਾ ਲੱਗਦਾ ਹਾੜ੍ਹ ਦੇ 15 ਤਾਂ ਜੂਨ ਦੇ ਅਖੀਰ 'ਚ ਤਾਂ 5 ਦਿਨ ਮੇਲਾ ਲੱਗਦਾ ਅਤੇ ਫਿਰ ਉਹ ਜਿਹੜਾ ਉੱਥੇ ਦੇ ਗੱਦੀ ਨਸ਼ੀਨ ਸੀਗੇ ਅਲੀ ਅਹਿਮਦ ਜੀ ਉਹਨਾਂ ਦੀ ਦਸੰਬਰ 1985 ਦੇ ਵਿੱਚ ਮੌਤ ਹੋ ਗਈ ਸੀ ਤਾਂ ਹੁਣ ਮੇਲਾ ਉਹਨਾਂ ਦੀ ਯਾਦ 'ਚ ਵੀ ਲੱਗਦਾ ਅਤੇ ਹਾੜ੍ਹ ਦੇ 15 ਤਾਂ ਲੱਗਦਾ ਹੀ ਲੱਗਦਾ ਉਹੋ ਹੀ ਜਿਹੜੀ ਲਹਿੰਦੇ ਪੰਜਾਬ 'ਚ ਮੰਡਾਲੀ ਆ 87 ਸੈਕਸਾਰ ਸਿੱਖਾਂ ਵਾਲੀ ਵਾਦੀ ਨਗਰ ਮੰਡਾਲੀ ਉੱਥੇ ਵੀ ਉਸੇ ਦਿਨ ਲੱਗਦਾ ਅਤੇ ਇਹ ਜਿਹੜੀ ਨਵੇਂ ਸ਼ਹਿਰ ਤਹਿਸੀਲ ਜ਼ਿਲ੍ਹੇ ਜਲੰਧਰ 'ਚ ਇਹ ਮੰਡਾਲੀ ਫਗਵਾੜੇ ਦੇ ਲਾਗੇ ਇੱਥੇ ਵੀ ਉਸੇ ਦਿਨ ਲੱਗਦਾ ਅਤੇ ਇਸ ਕਰਕੇ ਜਿਹੜਾ ਮੇਲਾ ਹੈ ਬੜਾ ਮਸ਼ਹੂਰ ਆ ਮੰਡਾਲੀ ਦਾ ਅਤੇ ਇੱਕ ਗੱਲ ਮੈਂ ਹੋਰ ਭੁੱਲ ਗਿਆ ਸੀਗਾ ਜਿਹੜੇ ਪੰਜਾਬੀ ਦੇ ਆਪਣੇ ਮਸ਼ਹੂਰ ਕਵੀ ਹੋਏ ਆ ਆਪਣੇ ਮੈਨੂੰ ਮਸ਼ਹੂਰ ਕਵੀ ਹੋਏ ਆ ਅਤੇ ਉਹਨਾਂ ਦਾ ਵੀ ਕਾਫੀ ਜਿੱਦਾਂ ਮਤਲਬ ਸਾਡੇ ਘਰ ਕਈਆਂ ਕਵੀਆਂ ਦਾ ਵੀ ਆਉਣਾ ਜਾਣਾ ਰਿਹਾ ਅਤੇ
ਇਸ ਕਰਕੇ ਜੀ ਵੀ ਮਤਲਬ ਮੈਨੂੰ ਕਵੀ ਤੈਨੂੰ ਵੀ ਨੀ ਨਾਂ ਚੇਤਾ ਹੋਣਾ, ਤੈਨੂੰ ਵੀ ਨੀ ਚੇਤਾ, ਨਹੀਂ ਚੇਤੇ ਚੇਤਾ ਨੀ ਹੋਣਾ। ਗੱਲਾਂ ਮੁੰਡੇ ਹਾਂਜੀ ਭੁੱਲ ਗਏ, ਹਾਂਜੀ ਹਾਂਜੀ ਭੁੱਲ ਗਏ ਵਿਚਾਰਿਆਂ ਦੇ। ਠੀਕ ਹੈ, ਚਲੋ ਚੰਗਾ ਜੀ। ਅੱਛਾ, ਜੇ ਆਪਾਂ ਨੂੰ ਕੋਈ ਉੱਧਰੋਂ ਮੁਸਲਮਾਨ ਪਰਿਵਾਰ ਚੇਤੇ ਤੈਨੂੰ ਕੋਈ ਮਿਲ ਪਿਆ ਤਾਂ ਉਹ ਫਿਰ ਜ਼ਰੂਰ ਮਤਲਬ ਆਪਾਂ ਨੂੰ ਇੱਥੇ ਫੋਨ ਕਰਨ, ਤਾਂ ਫਿਰ ਉਹਨਾਂ ਨਾਲ ਕਰ ਦੇਗਾ। ਚਲੋ ਹਾਂਜੀ, ਫੋਨ ਨੰਬਰ ਹੈਗਾ ਸਾਡਾ 604-375-1281। ਲਓ ਜੀ, ਮੈਨੂੰ ਉਹ ਕਵੀ ਦਾ ਵੀ ਚੇਤਾ ਆ ਗਿਆ, ਸ਼ੈਵ ਕੁਮਾਰ ਬਟਾਲਵੀ, ਅਤੇ ਲੇਖਕ ਵੀ ਰਹੇ ਤਾਂ ਗਾਉਂਦੇ ਵੀ ਰਹੇ ਗਜ਼ਲਾਂ, ਅਤੇ ਨੰਦ ਲਾਲ ਨੂਰਪੁਰੀ ਅਤੇ ਹੋਰ ਵੀ ਬਹੁਤ ਇੱਦਾਂ ਦੇ ਸੀ ਜਿਹੜੇ ਮਤਲਬ ਸਾਡੇ ਫਾਦਰ ਸਾਹਿਬ ਕੋਲ, ਭਾਪਾ ਜੀ ਕੋਲ ਆਉਂਦੇ ਜਾਂਦੇ ਰਹੇ, ਅਤੇ ਹੋਰ ਵੀ ਕਈਆਂ ਦੇ ਹੁਣ ਨਾਂ ਕਈ ਵਾਰੀ ਨਹੀਂ ਯਾਦ ਰਹਿੰਦੇ। ਅਤੇ ਸਾਡੇ ਅਸੀਂ ਇਹ ਕਰਦੇ ਹਾਂ ਆਪਣੇ ਲਹਿੰਦੇ ਪੰਜਾਬ ਵਾਲੇ, ਤੁਹਾਨੂੰ ਮਤਲਬ ਬੇਨਤੀ ਕਰਦੇ ਹਾਂ ਅਸੀਂ ਵੀ ਜਿਹੜਾ ਵੀ ਕੋਈ ਪਿੰਡ ਮੇਟਾਂ ਦਾ ਕੋਈ ਮਿਲੇ, ਜਿੱਦਾਂ ਮੇਟਾਂ ਦਾ ਕੋਈ ਪਰਿਵਾਰ ਦਾ ਮੈਂਬਰ, ਉਹ ਸਾਡੇ ਨਾਲ ਜ਼ਰੂਰ ਮਤਲਬ ਰਾਬਤਾ ਕਾਇਮ ਕਰੇ। ਤਾਂ ਮਾਤਾ ਜੀ ਵੀ ਉਹਨਾਂ ਨੂੰ ਅੱਜ ਤਾਈਂ ਵੀ ਭਾਵੇਂ 72-73 ਸਾਲ ਹੋ ਗਏ ਆ, ਉਹਨਾਂ ਨੂੰ ਅੱਜ ਤਾਈਂ ਵੀ ਚੇਤੇ ਕਰਦੇ ਵੀ ਉਹ ਜੇ ਹੋਣ ਤਾਂ ਅਸੀਂ ਪੁੱਛਣਾ ਚਾਹੁੰਦੇ ਵੀ ਉਹ ਕਿਸ ਹਾਲਤ 'ਚ ਗਏ ਸੀ, ਕਿੱਦਾਂ ਹੈਗੇ ਕਿੱਦਾਂ ਨਹੀਂ, ਅਤੇ ਉਹਨਾਂ ਦੇ ਕੋਈ ਪਰਿਵਾਰ ਦਾ ਮੈਂਬਰ ਹੋਵੇ ਤਾਂ ਉਹ ਜ਼ਰੂਰ ਦੱਸੇ। ਚਲੋ ਠੀਕ ਹੈ ਜੀ, ਫਿਰ ਹੁਣ ਕੋਈ ਹੋਰ ਆਪਾਂ ਕੋਈ ਇੱਦਾਂ ਦਾ 47 ਬਾਰੇ ਕਿਸੇ ਨੂੰ ਹੋਰ ਨਾ ਹੋਰਾਂ ਨੂੰ ਪੁੱਛਾਂਗੇ, ਜੇ ਕੋਈ ਮਤਲਬ ਉਹਨਾਂ ਦੀ ਵੀ ਇੰਟਰਵਿਊ ਆਪਾਂ ਲਵਾਂਗੇ, ਇੱਦਾਂ ਰਿਕਾਰਡ ਕਰ ਲਵਾਂਗੇ।